ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਉਧਾਨ ਸਭਾ ਦੇ ਵਿੱਚ ਪਾਸ ਹੋਇਆ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨਸ ਆਫ ਉਦਾ ਬੈਲ 2024 ਸੌਖੇ ਸ਼ਬਦਾਂ ਦੇ ਵਿੱਚ ਐਨਓਸੀ ਬੈਲ ਤਾਂ ਦੋਸਤੋ ਪੰਜਾਬ ਅਪਾਰਟਮੈਂਟ ਪ੍ਰੋਪਰਟੀ ਰੈਗੂਲੇਸ਼ਨ ਬੈਲ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਸੀਐਮਾ ਭਗਵੰਤ ਮਾਨ ਨੇ ਕਿਹਾ ਕਿ ਇਸ ਬੈਲ ਦੇ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਹਨਾਂ ਵਿਰੋਧੀ ਧਿਰਾਂ ਦੇ ਆਗੂਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੇ ਨਾਲ ਹੀ ਉਹਨਾਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਦੇਵੀ ਦੀ ਤਾਰੀਫ਼ ਕੀਤੀ। ਉਹਨਾਂ ਨੇ ਕਹਿ ਕੇ ਉਹ ਕੋਈ ਬੱਚਾ ਨਹੀਂ ਆ ਸਕੋ ਦੇਖਦੇ ਤਿਆਰ ਬੇਕਾਰ ਮੰਤਰੀਆਂ ਦੇ ਵਿੱਚੋਂ ਇੱਕ ਉਹਨਾਂ ਨੂੰ ਦੱਸਿਆ ਕਿ 2 ਨਵੰਬਰ ਤੱਕ 500 ਵਰਗਾ ਗਾਜਾ ਤੱਕ ਦੇ ਪਲਾਟ ਬਿਨਾ ਐਨਓਸੀ ਤੋਂ ਰਜਿਸਟਰਡ ਕਰਵਾਏ ਜਾ ਸਕਣਗੇ ਹਾਲਾਂਕਿ ਇਹਦੇ ਲਈ ਸੌਦੇ 31 ਜੁਲਾਈ ਤੱਕ ਹੋ ਗਏ ਹੁਣ ਤੇ ਇਹਦੇ ਦਸਤਾਵੇਜ਼ ਜਾਂ ਦਿਖਾਉਣੇ ਪੈਣਗੇ ਇਸ ਬਿੱਲ ਦੇ ਨਾਲ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਵੇਗਾ ਸਗੋਂ ਪਲਾਟ ਹੀ ਰੈਗੂਲਰ ਕੀਤੇ ਜਾਣਗੇ ਲੁਧਿਆਣਾ ਵਿੱਚ ਵੱਡਾ ਹਰਸਾ ਯਾਤਰੀਆਂ ਦੇ ਨਾਲ ਭਰੀ ਬੱਸ ਪਲਟੇ ਇੱਕ ਦੀ ਮੌਤ ਤੇ 35 ਜ਼ਖਮੀ ਲੁਧਿਆਣਾ ਬੈਚਾ ਦੇ ਰਾਤ ਹਰਿਦਵਾਰ ਤੋਂ ਜੰਮੂ ਵੱਲ ਨੂੰ ਜਾ ਰਹੀਆ ਇੱਕ ਨਿੱਜੀ ਕੰਪਨੀ ਦੇ ਬੱਸਾ ਪਲਟ ਗਈ ਇਸ ਹਾਰਸਿਰ ਬੈਚਾ ਬੱਸ ਵਿੱਚ ਸਬਾਰ 3 ਬੱਚਿਆਂ ਸਮੇਤ 35 ਲੋਕਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਹਾਰਸਿਰ ਬੈਚਾ ਇੱਕ ਵਿਅਕਤੀ ਦੀ ਮੌਤ ਹੋ ਗਈ ਹਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਹੜਸਾ ਸਵੇਰੇ ਕਰੀਬ 1 ਵਜੇ ਜਲੰਧਰ ਬਾਈਪਾਸ ਨੇੜੇ ਵਾਪਰਿਆ ਜਿਵੇਂ ਹੀ ਹਰੀਦਵਾਰ ਤੋਂ ਜੰਮੂ ਜਾਰੀ ਬਾਸਾ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪਹੁੰਚੀ ਤਾਂ ਹਾਈਬੇ ਤੇ ਅਚਾਨਕ ਪਾਲਟ ਗਈ ਜਿਸ ਤੋਂ ਬਾਅਦ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਮੌਕੇ ਤੇ ਪਹੁੰਚ ਗਏ ਤੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਕੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਸਰ ਦੇ ਵਿੱਚ ਆ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਝੜਪ ਕਿਸਾਨਾਂ ਦੇ ਰੋਧ ਦੇ ਅੱਗੇ ਖਾਲੀ ਹੱਥਾਂ ਭਾਜੇ ਜ਼ਮੀਨ ਐਕਵਾਇਰ ਕਰਨਾਈ ਟੀਮ ਤਾਂ ਉਸ ਤੋਂ ਵੱਡੀ ਖਬਰ ਆ ਚੁੱਕਿਆ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਤੇ ਸੁਭਾ ਸਰਕਾਰ ਦੇ ਵਿਚਾਲੇ ਹਜੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਮੰਗਲਵਾਰ ਨੂੰ ਅਮਰਸਰ ਦੇ ਬੈਚਾਂ ਜ਼ਮੀਨ ਐਕਵਾਇਰ ਕਰਨੀਆਂ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦੇ ਵਿਚਾਲੇ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਐਸਾ ਪ੍ਰਦਰਸ਼ਨ ਤੋਂ ਬਾਅਦ ਟੀਮਾਂ ਨੂੰ ਖਾਲੀ ਹੱਥਾ ਪਰਤਣਾ ਪਿਆ। ਦਰਅਸਲ ਅਮਰਸਰ ਦੇ ਪੈਂਡਾ ਕੋਟਲੀ ਦੇ ਵਿੱਚ ਕਟੜਾ ਅਮਰਸਰ ਨਵੀਂ ਦਿੱਲੀ ਨੈਸ਼ਨਲ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਜਿਸਦੇ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪੈਂਡਾ ਕੋਟਲੀ ਵਿਖੇ ਪੁੱਜੀਆਂ ਜਿਵੇਂ ਹੀ ਕਿਸਾਨਾਂ ਨੂੰ ਐਸਾ ਗੱਲ ਦੇ ਪੈਣਕਾ ਮਿਲੇ ਤਾਂ ਉਹ ਉੱਥੇ ਪਹੁੰਚ ਗਿਆ ਤੇ ਵਿਰੋਧ ਦਾ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਜ਼ਮੀਨਾਂ ਦੇ ਦਿੱਤੇ ਜਾ ਰਹੇ ਮੁਆਵਜ਼ੇ ਦੇ ਵਿੱਚ ਖਾਮੀਆਂ ਹਨ ਜਦੋਂ ਤੱਕ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜ਼ਮੀਨਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਨਹੀਂ ਦਿੱਤੀ ਜਾਵੇਗੀ ਪੁਲਿਸ ਨੇ ਜੱਗੋ ਭਗਵਾਨਪੁਰਿਆ ਦੇ ਕਰੀਬੀ ਕੰਨੂ ਗੁਜਰ ਦਾ ਕੀਤਾ ਐਨਕਾਊਂਟਰਾ ਬਦਮਾਸ਼ ਦੇ ਲੱਗੀਆਂ ਪੰਜ ਗੋਲੀਆਂ ਹਾਲਤ ਨਾਜਿਕ ਯਾ ਦੋਸਤੋ ਗੈਂਗਸਟਰ ਜਗੋ ਭਗਵਾਨਪੁਰਿਆ ਦੇ ਸਾਥੇ ਬਦਨਾਮ ਗੈਂਗਸਟਰ ਕਨੂ ਗੁਜਰ ਦਾ ਜਲੰਧਰ ਸਿਟੀ ਪੁਲਿਸ ਨੇ ਐਨਕਾਊਂਟਰ ਕੀਤਾ ਮਲਜਮਾ ਕਤਲ ਫਰੋਤੀ ਅਤੇ ਲਾਟਾ ਖੋਹ ਸਮੇਤ ਕਈ ਮਾਮਲਿਆਂ ਦੇ ਵਿੱਚ ਲੋੜੀ ਦਾਸੀ ਦਰਸਾਲਾ ਜਲੰਧਰ ਸਿਟੀ ਪੁਲਿਸ ਹਤੇ ਗੈਂਗਸਟਰ ਦੇ ਵਿੱਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਦੋਮਾ ਪਾਸੇ ਤੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਨੂ ਗੁਜਰ ਨੂੰ ਕਰੀਬ 5 ਗੋਲੀਆਂ ਲੱਗੀਆਂ ਫਿਲਹਾਲ ਉਹਦੀ ਹਾਲਤ ਨਾਜ਼ਕ ਬਣੀ ਹੋਈ ਆ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਮਲਜ਼ਮਾਂ ਦੇ ਕੋਲੋਂ ਦੋ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ ਤੇ ਪੁਲਿਸ ਕਮਿਸ਼ਨਰ ਜਲਦ ਇਸ ਮਾਮਲੇ ਦਾ ਖੁਲਾਸਾ ਕਰਨਗੇ ਪੰਜਾਬ 'ਚ ਅਜਾ ਤਰੀਕ ਤੱਕ ਪਵੇਗਾ ਭਾਰੀ ਮੀਂਹ 7 ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਅਸਰ ਬਾਕੀ ਥਾਵਾਂ 'ਤੇ ਗਰਮੀ ਕੱਢੇਗੀ ਬਟ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮੌਨਸੂਨ ਇੱਕ ਬਾਰ ਫਿਰ ਸਰਗਰਮ ਹੋ ਗਿਆ ਹੈ ਮੌਨਸੂਨਾਂ 5 ਸਤੰਬਰ ਤੱਕ ਸਰਗਰਮ ਰਹਿਣ ਦੀ ਸੰਭਾਵਨਾ ਹੈ ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਕਾਲਾ ਮੁਹਾਲੀ ਵਿੱਚ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਪਠਾਨਕੋਟ ਦੇ ਵਿੱਚ ਵੀ ਚੰਗਾ ਮੀਂਹ ਪਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਦੇ ਕਾਰਨ ਤਾਪਮਾਨ ਵਿੱਚ ਵੀ ਮਾਮੂਲੀ ਗਰਾਵਟ ਦੇਖਣ ਨੂੰ ਮਿਲੀ। ਪਰ ਠੰਡਾ ਵਿੱਚ ਸੋਮਵਾਰ ਸ਼ਾਮ ਨੂੰ ਸਭ ਤੋਂ ਵੱਧ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਮੌਸਮਾਂ ਬਪਾਕ ਦੇ ਅਨੁਸਾਰ ਅੱਜ ਸਵੇਰੇ ਪਠਾਨਕੋਟਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਨਸ਼ਰ ਰੂਪਨਗਰ ਅਤੇ ਐਸਏਐਸ ਨਗਰ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਅੱਦੇ ਨਾਲ ਹੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅਮੀਂ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਡੇਰਾ ਬਿਆਸ ਬਲੋ ਦੇ ਸਬ ਦੇ ਦੇ ਵਿੱਚ ਵਾਦੇ ਸੰਗਤ ਨੂੰ ਇੱਕਾ ਹੋਰ ਪੱਤਰ ਕੀਤਾ ਗਿਆ ਜਾਰੀ ਡੇਰਾ ਰਾਧਾ ਸੁਆਮੀ ਸੰਤ ਸੰਗਤ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸੰਘਾ ਢੋਨੇ ਕੱਲ ਆਪਣੇ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਤੁਰੰਤਤਾ ਪ੍ਰਭਾਵ ਦੇ ਨਾਲ ਜਸਦੀਪ ਸਿੰਘਾ ਗੱਲ ਨੂੰ ਆਪਣਾ ਬਾਰਸ ਸਨਯੁਗਤ ਕੀਤਾ ਹੈ ਹਾਲਾਂਕਿ ਡੇਰੇ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘਾ ਢਿੱਲੋਂ ਰਾਧਾ ਸੁਬਾਮੀ ਸਹਾਸੰਗਾ ਵਿਆਹ ਸਦੇ ਮੌਜੂਦਾ ਸੰਤ ਸਤਗੁਰੂ ਹੰਤੇ ਐਸਾ ਸੰਬੰਧੀ ਡੇਰਾ ਵਿਆਹ ਦੇ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਸੰਗਤ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ ਐਸਾ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਬਾਬਾ ਜੀ ਨੇ 2 ਸਤੰਬਰ 2024 ਨੂੰ ਭਾਰਤਾਂ ਦੀਆਂ ਸਾਰੀਆਂ ਆਰਐਸਐਸਬੀ ਸੁਸਾਇਟੀਆਂ ਦੇ ਪ੍ਰਬੰਧਕੀ ਮੁਖੇ ਪੈਟਰਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਜ਼ੂਰ ਜਸਦੀਪ ਸਿੰਘ ਗੱਲ ਨੂੰ ਇਹਨਾਂ ਸੁਭਾਵਾਂ ਦਾ ਸਰਪ੍ਰਸਤ ਨਿਯੁਗਤ ਕੀਤਾ। ਇਹ ਫੈਸਲਾ ਉੱਤਰਾਧਿਕਾਰੀ ਜੋਇਨਾ ਅਨੁਸਾਰ ਲਿਆ ਗਿਆ ਹੈ। ਇਸ ਦੇ ਨਾਲ ਹੀ ਬਾਬਾ ਜੀ ਨੇ ਐਲਾਨ ਕੀਤਾ ਕਿ ਭਵਿਕ ਦੇ ਵਿੱਚ ਹਜ਼ੂਰ ਜਸਦੀਪ ਸਿੰਘ ਗੱਲਾ ਰਾਧਾ ਸਵਾਮੀ ਸਾਧ ਸੰਗਤ ਵਿਆਹ ਦੇ ਸੰਤਾ 사ਤਗੁਰੂ ਹੋਣਗੇ ਤੇ ਉਹਨਾਂ ਤੋਂ ਬਾਅਦ ਸੰਗਤਾਂ ਨੂੰ ਨਾਮਦਾਨ ਕਰਨ ਦਾ ਅਧਿਕਾਰ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ ਹਲਵਾਰਾ 에어ਪੋਰਟ ਇਸ ਸਾਲ ਹੋ ਸਕਦਾ ਪੂਰਾ। ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ ਹਲਵਾਰਾ 에어ਪੋਰਟ ਇਸ ਸਾਲ ਪੂਰਾ ਹੋ ਸਕਦਾ। ਹਲਵਾਰਾ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਹੁੰਦਾ ਇੰਤਜ਼ਾਰ ਇਸ ਸਾਲ ਦੇ ਅੰਤ ਤੱਕ ਖਤਮ ਹੋ ਸਕਦਾ ਹੈ। ਜਿਸ ਤਹਿਤ 에어ਪੋਰਟ ਸਟੇਸ਼ਨ ਦੇ ਅੰਦਰਲੇ ਹਿੱਸੇ ਦਾ ਨਿਰਮਾਣ ਕਾਰਜ 30 ਸਤੰਬਰ ਤੱਕ ਮੁਕੰਮਲ ਹੁੰਦਾ ਦਾਵਾ ਕੀਤਾ ਜਾ ਰਿਹਾ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੇ 2.5 ਸਾਲਾਂ ਦੇ ਦੌਰਾਨ ਹਲਵਾਰਾ ਹਵਾਈ ਅੱਡੇ ਦੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਲਈ 12 ਸਮਾਂ ਸੀ ਬਾਂਮਾ ਲੰਘ ਚੁੱਕ ਗੰਨ ਤੇ ਉਧਰ ਲੋਕਾਂ ਨਿਰਮਾਣ ਵਿਭਾਗ ਦੇ ਵੱਲੋਂ ਲੰਬੇ ਸਮੇਂ ਤੋਂ ਹਲਵਾਰਾ ਹਵਾਈ ਅੱਡੇ ਵਾਲੀ ਥਾਂ ਤੇ ਟਰਮੀਨਲ ਬਿਲਡਿੰਗ ਟੈਕਸੀ ਬੇ ਕਾਰਗੋ ਸਟੇਸ਼ਨਾਂ ਪਾਵਰ ਸਬਸਟੇਸ਼ਨਾਂ ਪਵਲੇਕਾ ਹੈਲਥ ਦੇ ਨਾਲ ਸੰਬੰਧਿਤ ਨਿਰਮਾਣ ਕਾਰਜ ਮੁਕੰਮਲ ਹੁੰਦਾ ਦਾਵਾ ਕੀਤਾ ਜਾ ਰਿਹਾ ਪਰ ਏਅਰ ਫੋਰਸਾ ਸਟੇਸ਼ਨ ਦੇ ਅੰਦਰਲੇ ਹਿੱਸੇ ਦੇ ਵਿੱਚ 98 ਦਾ ਨਿਰਮਾਣ ਕਾਰਜ ਲਟਕਿਆ ਹੋਣ ਦੇ ਕਾਰਨ ਬਾਕੀ ਕੰਮ ਅੱਗੇ ਨਹੀਂ ਵਧ ਸਕਿਆ ਹਾਲਾਂਕਿ ਹੁਣ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦਾ ਮਨਜ਼ੂਰੀ ਮਿਲਣ ਤੋਂ ਬਾਅਦ ਏਅਰ ਫੋਰਸਾ ਸਟੇਸ਼ਨ ਦੇ ਅੰਦਰਲੇ ਹਿੱਸੇ ਦੇ ਵਿੱਚ ਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 30 ਸਤੰਬਰ ਤੱਕ ਪੂਰਾ ਹੁੰਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਜਿਸ ਦੀ ਪੁਸ਼ਟੀ ਡੀਸੀ ਸ਼ਾਖਸੀ ਸਾਨੀ ਨੇ ਕੀਤੀ ਹੈ ਹਲੇ ਬੰਦ ਨਹੀਂ ਹੋਏ 2000 ਰੁਪਏ ਦੇ ਨੋਟ ਰਿਜ਼ਰਵ ਬੈਂਕ ਨੇ ਦਿੱਤੀ ਵੱਡੀ ਜਾਣਕਾਰੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਆ ਆਰਬੀਆਈ ਨੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਆ ਕਿਹਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਹਜੇ ਬੰਦ ਨਹੀਂ ਕੀਤਾ ਗਿਆ ਹੈ ਆਤਿਹਾ ਦੀ ਬੈਰਤਾ ਬਰਕਰਾਰ ਰੱਖਣ ਦੇ ਲਈ ਜਿਨ੍ਹਾਂ ਲੋਕਾਂ ਦੇ ਕੋਲ ਹਜੇ ਵੀ 2000 ਰੁਪਏ ਦੇ ਨੋਟਾਂ ਤੇ ਉਹਨਾਂ ਨੂੰ ਇਸ ਨੂੰ ਬੇਕਾਰ ਨਹੀਂ ਸਮਝਣਾ ਚਾਹੀਦਾ ਤੇ ਦੱਸੇਗੇ ਵਕਾਲਪਨ ਦੇ ਬਰਤੋ ਕਰਕੇ ਐਸਾ ਨੋਟ ਨੂੰ ਬਦਲ ਸਕਦੇ ਹਨ ਜਾਂ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਦੱਸ ਦੇ ਕੇ ਪਿਛਲੇ ਸਾਲ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਹ ਨੋਟ ਆਪਣੇ ਬੈਂਕਾ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਜਾਂ ਕਿਸੇ ਹੋਰ ਆਕਰੰਸ਼ਿਤ ਵਿੱਚ ਬਦਲਣ ਦੀ ਪੇਸ਼ਕਸ਼ ਕੀਤੀ ਸੀ ਆਰਬੀ ਨੇ 19 ਮਈ 2023 ਨੂੰ ਪਹਿਲੀ ਵਾਰ ਜਾਰੀ ਕੀਤੀ ਆਪਣੀ ਰਿਲੀਜ਼ ਦੇ ਵਿੱਚ ਇਸ ਸਬੰਧ ਵਿੱਚ ਸਭ ਕੁਝ ਸਪਸ਼ਟ ਕਰ ਦਿੱਤਾ ਉਦੋਂ ਤੋਂ ਰਿਜ਼ਰਵ ਬੈਂਕ ਕਗਾਤਾਰ 2000 ਰੁਪਏ ਦੇ ਨੋਟਾਂ ਦੀ ਸਥਿਤੀ ਬਾਰੇ ਅਪਡੇਟ ਜਾਰੀ ਕਰਦਾ ਹੈ ਨੋਟ ਬਦਲਨ ਦੀ ਸ਼ੁਰੂਆਤ ਕਦੋਂ ਹੋਈ ਆਰਬੀ ਨੇ 19 ਮਈ 2023 ਤੋਂ ਬਾਅਦ ਕਈ ਵਾਰ 2000 ਰੁਪਏ ਦੇ ਨੋਟ ਬਾਰੇ ਬਿਆਨ ਜਾਰੀ ਕੀਤੇ ਅਤੇ ਉਸ ਤੋਂ ਬਾਅਦ 9 ਅਕਤੂਬਰ 2023 ਤੋਂ ਆਰਬੀ ਦੇ ਉਨ੍ਹਾਂ ਦਫ਼ਤਰਾਂ ਵਿੱਚ 2000 ਰੁਪਏ ਦੇ ਨੋਟ ਬਦਲਨ ਅਤੇ ਉਸ ਨੂੰ ਗਾਹਕ ਦੇ ਖਾਤੇ ਵਿੱਚ ਜਮ੍ਹਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਇਸ ਤੋਂ ਬਾਅਦ ਲੋਕਾਂ ਨੂੰ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਨੋਟ ਆਰਬੀ ਦਫ਼ਤਰਾਂ ਨੇ ਵਿੱਚ ਆ ਭੇਜਣ ਦੀ ਸਹੂਲਤਾਂ ਵੀ ਦਿੱਤੀ ਗਈ ਇਸ ਤਹਿਤ ਲੋਕਾਂ ਦੇ ਦੇਖਦੇ ਕਿਸੇ ਵੀ ਡਾਕ ਘਰ ਤੋਂ ਐਸਾ ਨੋਟ ਨੂੰ ਭੇਜ ਕੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਵਿਆਹੀਆਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਹੁਣ ਰਾਸ਼ਨ ਕਾਰਡ ਦੇ ਵਿੱਚ ਐਦਾਂ ਜੁੜਵਾ ਸਕਦੀਆਂ ਨਾਮ ਵਿਆਹ ਹੁਣ ਤੇ ਪਿਤਾ ਦੇ ਰਾਸ਼ਨ ਕਾਰਡ ਦੇ ਵਿੱਚੋਂ ਨਾਂ ਹਟਾ ਦਿੱਤਾ ਗਿਆ ਪਰ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਨਾਂ ਨਹੀਂ ਜੋੜਿਆ ਗਿਆ ਤੇ ਉਹ ਔਰਤਾਂ ਇਹ ਮਿਤਰਾ ਦੇ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਆਪਣਾ ਨਾਮ ਜੁੜਵਾ ਸਕਦਾਂ ਤੇ ਵਿਆਹ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਨਾਮ ਜੜਵਾਉਣ ਦੇ ਲਈ ਤੱਕੇ ਖਾਰੀਆਂ ਸਨ ਤੇ ਉਹਨਾਂ ਦੇ ਲਈ ਹੁਣ ਸੌਖਾ ਕੰਮ ਹੈ ਸਰਕਾਰ ਨੇ ਉਹਨਾਂ ਦਾ ਇਹ ਕੰਮ ਆਸਾਨ ਕਰ ਦਿੱਤਾ ਹੈ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਨਾਮ ਜੋੜਨ ਦੀ ਵਿਵਸਥਾ ਕੀਤੀ ਹੈ ਉਹ ਔਰਤਾਂ ਜਿਨ੍ਹਾਂ ਦਾ ਨਾਮ ਵਿਆਹ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਪਰ ਉਹਨਾਂ ਦਾ ਨਾਮ ਉਹਨਾਂ ਦੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਨਹੀਂ ਜੋੜਿਆ ਗਿਆ ਤੇ ਉਹ ਔਰਤਾਂ ਇਹ ਮਿੱਤਰਾਂ ਦੇ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਆਪਣਾ ਨਾਮ ਜੋੜ ਸਕਣ ਗੰਗਾ ਇਸ ਦੇ ਲਈ ਔਰਤਾ ਦੇ ਪਿਤਾ ਤੇ ਪਤੀ ਦੋਵਾਂ ਦੇ ਕੋਲ ਰਾਸ਼ਨ ਕਾਰਡ ਹੋਣਾ ਤੇ ਰਾਸ਼ਟਰੀ ਖੁਰਾਕ ਸੁਰੱਖਿਆ ਜੁਇਨਾਂ ਦੇ ਵਿੱਚ ਚੁਣਿਆ ਹੋਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਖੁਰਾਕ ਸੁਰੱਖਿਆ ਜੁਇਨਾਂ ਦੇ ਵਿੱਚ ਚੁਣੇ ਗਏ ਰਾਸ਼ਨ ਕਾਰਡ ਦੇ ਵਿੱਚ 0 ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਵੀ ਸ਼ਾਮਲ ਕੀਤੇ ਜਾ ਸਕਦੇ ਹਨ